रात दे पिछले पैर चौक चौराहे दे विच अक्सर तुहानू सुनन दी आवाज़ मिलदी है, ते इहदा मतलब असी कामन जबान च समझदे आ कि एक मालशिया जिहड़ा लोकां नू रात दे टाइम सुकून ज़हनी तसल्ली ज़हनी सुकून पहुँचाउण वास्ते एक सर्विस फराहम करन दी आवाज़ है कि आओ जनाब तुहाडे दिन भर दी थकावट दूर कर दित्ती जाए। ते अज दी रात पिछले पैर असी इस वक्त मौजूद हाँ एक मालशिए दे नाल जिहड़ा अपनी बोतलों की आवाज़ खनखना के साडे कोलों की लंघ रहा सी, ते असी उन्हूं रोक लिया, रोक के उहदे कोलों जानने की कोशिश करने हाँ कि आओ तुसी अपने हालात वाकया दे मुतलक सानूं आगाह करो कि कदों दे इस काम दे विच की हासिल करदे हो, की अर्निंग हुंदी है, ते लोकी तुहाडे काम तों किन्ने मुतमिन हुंदे ने। की नाम है जी तुहाडा? ठीक हो गया। ते सिर्फ यही काम करदे हो या इस तों अलावा भी कोई काम करदे? इस तों अलावा सर रात दो तीन बजे तक करीदा, नींद पूरी करीदा, सुबह उठीदा, पर माड़ा मोटा एक दो डंगर रखदा। एक रात दी या एक जिहड़ी तुहाडी ड्यूटी शेड्यूल है उहदे च किन्ना क अर्निंग कर लैंदे हो? 1000-1200-1100। ਤੁਸੀਂ ਨੋਟ ਕੀਤਾ ਹੈ ਵੇ ਕਿ ਇੱਕ ਮਾਲਸ਼ੀਆ ਜਿਹੜਾ ਸ਼ਾਮ ਦੇ 8 ਵਜੇ ਤੋਂ ਬਾਅਦ ਰਾਤ ਦੇ 12 ਵਜੇ ਤੱਕ ਜਾਂ 1-2 ਵਜੇ ਤੱਕ ਕੰਮ ਕਰਦਾ ਹੈ, ਸਕੂਨ ਦੇ ਨਾਲ 1200 ਜਾਂ 1500 ਰੁਪਈਏ ਦੀ ਇਨਕਮ ਇੱਕ ਬਿਲਕੁਲ ਛੋਟੇ ਜਿਹੇ ਕੰਮ ਤੋਂ ਹਾਸਿਲ ਕਰ ਸਕਦਾ, ਔਰ ਫਿਰ ਦਿਨ ਭਰ ਆਪਣੇ ਰੋਜ਼ਮਰਾ ਮਾਮੂਲਾਤ ਦੇ ਕੰਮ ਕਰਨ ਤੋਂ ਬਾਅਦ ਰਾਤ ਨੂੰ 2-4 ਘੰਟੇ ਜਾਂ ਕੰਮ ਕਰਨ ਤੋਂ ਬਾਅਦ ਇੱਕ ਬਿਹਤਰੀਨ ਅਰਨਿੰਗ ਜਿਹੜੀ ਰੋਜ਼ਾਨਾ ਦੀ ਬੁਨਿਆਦ 'ਤੇ ਹਾਸਿਲ ਕਰਦਾ। ਅਕਸਰ ਸ਼ਹਿਰ ਦੇ ਚੁਰਾਹਿਆਂ ਦੇ ਵਿੱਚ ਚੌਕਾਂ ਦੇ ਵਿੱਚ ਸ਼ਾਮ ਨੂੰ ਲੋਕ ਇਹਨਾਂ ਕੋਲੋਂ ਮਾਲਿਸ਼ ਕਰਵਾਉਂਦੇ ਨਜ਼ਰ ਆਉਂਦੇ ਨੇ। ਅੱਛਾ ਦੱਸਿਓ ਕਿ ਤੁਸੀਂ ਸਿਰ ਦਾ ਹੀ ਮਸਾਜ ਕਰਦੇ ਹੋ ਜਾਂ ਫੁੱਲ ਬਾਡੀ ਦਾ ਮਸਾਜ ਵੀ ਕਰਦੇ ਹੋ? ਫੁੱਲ ਬਾਡੀ ਦੇ ਕਿੰਨੇ ਪੈਸੇ ਲੈਂਦੇ ਹੋ? ਬਾਡੀ ਦਾ ਸਰ ਜੀ ਕਈ ਜਿਹੜੇ ਨੇ ਉਹ ਜ਼ਿਆਦਾ ਦੇ ਹੜਦੇ ਨੇ, 500 ਵੀ ਦੇ ਹੜਦੇ ਨੇ, ਕਈ 300 ਦੇ ਹੜਦੇ ਨੇ। ਬਸ ਇਹ ਸਾਰੇ ਕਿਸਮ ਦੇ ਜਿਸ ਤਰ੍ਹਾਂ ਦਾ ਤਗੜੇ ਬੰਦੇ ਨੇ ਉਹ ਜ਼ਿਆਦਾ ਦੇ ਹੜਦੇ ਨੇ ਜਿਹੜੇ। ਕਿੰਨੀ ਦੇਰ ਤੂੰ ਇਸ ਸ਼ੋਭੇ ਨਾਲ ਵਲਬਸਤਾ ਹੋ ਇਸ ਕੰਮ ਦੇ ਨਾਲ? ਛੇ ਸੱਤ ਸਾਲ ਤੂੰ ਇਹੀ ਕੰਮ ਕਰ ਰਹੇ ਹੋ? ਹਾਂਜੀ। ਪਹਿਲੇ ਵੀ ਕੋਈ ਕਰ ਰਿਹਾ ਸੀ ਭਾਈ ਜਾਂ ਫੈਮਿਲੀ ਦਾ ਬੜਾ? ਹਾਂਜੀ ਪਹਿਲੇ ਕਰਦੇ। ਤੇ ਮੌਜੂਦਾ ਕੋਈ ਆਉਣ ਵਾਲੇ ਬੱਚੇ ਵੀ ਇਹੀ ਕੰਮ ਕਰ ਰਹੇ ਨੇ ਜਾਂ ਕੋਈ ਪੜ੍ਹ ਰਹੇ ਨੇ ਜਾਂ ਕੀ ਕਰਦੇ? ਬੱਚੇ ਜਿਹੜੇ ਨੇ ਨਾ ਪੜ੍ਹਦੇ। ਕੀ ਨਾਂ ਕੀ ਤੁਹਾਡਾ? ਯੂਸਫ। ਯੂਸਫ ਸਾਹਿਬ ਦਾ ਇਹ ਕਹਿਣਾ ਵੇ ਕਿ 6-7 ਸਾਲ ਤੋਂ ਇਸ ਕੰਮ ਨਾਲ ਵਲਬਸਤਾ ਨੇ, ਅਤੇ ਇਹਨੂੰ ਹੀ ਉਹਨਾਂ ਨੇ ਜ਼ਰੀਆ ਰੋਜ਼ਗਾਰ ਵੀ ਬਣਾਇਆ ਦਾ। ਬਜ਼ਾਹਰ ਇਹ ਕੋਈ ਕੰਮ ਨਹੀਂ ਹੈ, ਲੇਕਿਨ ਚੌਕ ਚੁਰਾਹਿਆਂ ਤੋਂ ਮੰਗਣ ਤੋਂ ਇਲਾਵਾ ਯਾਨੀ ਜਿਹੜੇ ਅਕਸਰ ਲੋਕ ਤੁਹਾਨੂੰ ਨਜ਼ਰ ਆਉਂਦੇ ਨੇ ਨੌਜਵਾਨ ਮੰਗਦੇ, ਉੱਥੇ ਇਹਨਾਂ ਨੇ ਇਹ ਵਾਲਾ ਕੰਮ ਅਡਾਪਟ ਕੀਤਾ ਕਿ ਜਿਹਦੇ 'ਚ ਕਿਸੇ ਨੂੰ ਫੈਸਿਲੀਟੇਟ ਕਰਦੇ ਨੇ, ਸਰਵਿਸ ਦਿੰਦੇ ਨੇ, ਰਾਹਤ ਦਿੰਦੇ ਨੇ, ਔਰ ਮਸਾਜ ਕਰਦੇ ਨੇ, ਇਹਦੇ ਨਾਲ ਅੱਛੀ ਖਾਸੀ ਅਰਨਿੰਗ ਵੀ ਕਮਾ ਰਹੇ ਨੇ, ਅਤੇ ਇਹ ਇੱਕ ਬਿਹਤਰੀਨ ਮਾਡਲ ਨੇ ਜਿਹੜੇ ਥੋੜ੍ਹੇ ਵਕਤ ਦੇ ਵਿੱਚ ਕੁਛ ਨਾ ਕੁਛ ਅਰਨਿੰਗ ਕਰਦੇ ਨੇ ਔਰ ਦਿਨ ਭਰ ਆਪਣੇ ਮਾਮੂਲਾਤ ਦੇ ਕੰਮ ਕਰਦੇ ਨੇ। ਐਸੇ ਬਹੁਤ ਸਾਰੇ ਕੰਮ ਜਿਹੜੇ ਨੇ ਤੁਹਾਨੂੰ ਨਜ਼ਰ ਆਉਣਗੇ ਜਿਹੜੇ ਬਜ਼ਾਹਰ ਤੁਸੀਂ ਉਹਨੂੰ ਕਾਰੋਬਾਰ ਜਾਂ ਕੰਮ ਨਹੀਂ ਸਮਝੋਗੇ, ਲੇਕਿਨ ਫਿਰ ਵੀ ਇੱਕ ਬਿਹਤਰੀਨ ਜ਼ਰੀਆ ਮੁਆਸ਼ ਜਿਹੜੇ ਨੇ ਸਾਬਤ ਹੁੰਦੇ ਨੇ। ਅਤੇ ਇਹ ਸੀ ਅੱਜ ਦੀ ਛੋਟੀ ਸਾਡੇ ਸ਼ਹਿਰ ਜ਼ਫਰਵਾਲ ਦੀ ਸਟੋਰੀ ਜਿਹੜੀ ਅਸੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਆਪ ਤਮਾਮ ਲੋਕਾਂ ਕਾ ਇਸ ਸਟੋਰੀ ਕੇ ਹਵਾਲੇ ਸੇ ਕੋਈ ਫੀਡਬੈਕ ਹੋ, ਫਾਲੋ ਅਪ ਹੋ ਜਾਂ ਕੋਈ ਸਵਾਲ ਹੋ ਤੋ ਆਪ ਕਮੈਂਟ ਸੈਕਸ਼ਨ ਮੇਂ ਜਾਂ ਇਨਬਾਕਸ ਮੇਂ ਹਮੇਂ ਕਰ ਸਕਤੇ ਹੈਂ। ਆਪਕਾ ਬਹੁਤ ਸ਼ੁਕਰੀਆ। ਇਹ ਫੜੇ ਜਾਂਦੇ ਨੇ ਆਪਣੇ ਸਟਾਈਲਾਂ ਤੋਂ, ਇਹ ਬਾਅਦ ਜਾਂਦੇ ਨੇ ਆਸਾਨੀ ਕੀਤਾ।